ਭਾਈ ਸੁਖਦੇਵ ਸਿੰਘ ਜੀ ਬਬਰ ਉਹਨਾਂ ਨੂੰ ਵੀ ਪੁਲਿਸ ਵਾਲਿਆਂ ਨੇ ਕਿਸੇ ਸੂਹੇ ਦੀ ਸੂਹ ਦੇਣ ਤੋਂ ਗ੍ਰਿਫਤਾਰ ਕੀਤਾ, ਜਿਨ੍ਹਾਂ ਨੇ ਕੌਮ ਲਈ ਸੋਹਾਂ ਖਾਧੀਆਂ ਨੇ ਕਿ ਕੌਮ ਆਜ਼ਾਦ ਕਰਾਉਣੀ ਹੈ, ਅਕਾਲ ਤਖ਼ਤ ਸਾਹਿਬ ਦਾ ਬਦਲਾ ਲੈਣਾ, ਗੁਰੂ ਕੀ ਸੰਗਤ ਉੱਤੇ ਡਿੱਗੇ ਹੋਏ ਗੋਲਿਆਂ ਦਾ ਬਦਲਾ ਲੈਣਾ। ਉਹ ਗੁਰੂ ਕੇ ਪਿਆਰੇ ਜਿਵੇਂ ਪਹਿਲੇ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ, ਉਸੇ ਤਰ੍ਹਾਂ ਹੀ ਜਥੇਬੰਦ ਹੋ ਕੇ ਕਿਵੇਂ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ। ਬੱਬਰ ਖਾਲਸਾ ਦੇ ਮੁਖੀ ਭਾਈ ਸੁਖਦੇਵ ਸਿੰਘ ਜੀ ਨੇ ਕਿਵੇਂ ਸ਼ਹੀਦੀ ਜਾਮ ਪੀਤਾ ਤੇ ਕਿਵੇਂ ਕੌਮ ਦੀ ਸੇਵਾ ਕਰਦਾ ਰਿਹਾ, ਉਸ ਵੇਲੇ ਦੀਆਂ ਚੰਦ ਲੈਣਾ ਹੈ ਤਾਂ ਬਿਆਨ ਕੀਤੀਆਂ ਜਾ ਰਹੀਆਂ ਨੇ।